लो भी बई जी, लोड अपना बनया गया बई जी। चेना पाइया अपना चार, चारे खूंजिया दे। देखो दो चेना नाल ही सर गया, बूमर ए पा के इधरों चेन पा के टाइट करता। इतने एक आ खूंजे च, एक उधरले खूंजे च, एक इधर तो उदू परले च, मतलब चार टोटल चेना पाइया अपनिया चार पासियां। उदा दो चेना ना सर गया, जिमें आही चेन उधर चली गई। हुण इहनू खिच पा दी थले नू, खूंजियां तों थले नू पिछ, मतलब पिछों पिछे नू खिच लिया, नाले साइडां नू खिच पा दी, ते मूहरों मूहर नू नाले साइडां नू भी, इधर उधर नू भी ना जावे ते अगे पिछे भी ना जावे, है ना। जिवें इत्थे पा के इहनू नाले धागे नू खिच पै गई, आह खूंजे नू नाले इधर नू खिच पै गई, पिछे भी नाले पिछे नू खिच पै गई, नाले इधर नू उधरों, नाले उधर नू ते नाले पिछे नू, ना आई इधर नू अगे। ते पहला मैं की कीता सीगा बई जी, जिवें आह चेन घुमा के ये उत्तों की पाई थी, ये उत्तों की आ हैंगल के उत्तों की, तो ये की होंगे भी इतने डैमेज हो गया सीगा थोड़ा जिहा, ना तो यह मुड़ सकता सी अंदर नू। फिर मैं थले गाडर से मेन गाडर नू ही पाती आह कुंडा, तो इतने टाइट करता। तो जिवें हुण तुहानू दस्सिया भी एक ही चेन यूज़ की, जिवें इधरले सिरे नाल आह इधरला खूंजा टाइट हो गया, जिहड़ा दूजा सिरा सी चेन का उहदे नाल उधरला खूंजा टाइट हो गया, है ना। आई पिछले पासे होया, हुण जिहड़ी आ वाधू चेन आ इन्नी चेन वाधू, इहनू आपां बंजियां मारदे आ, नाले आ बूमरां नू बंजियां मार दिंदे आ। उदा आह बूमरां नालों दूजे बूमर बूमर वधिया, जिवें आह वाले बूमरां नालों दूजे बूमर वधिया वा, जिहड़े चूड़ी वाले हुंदे आ, है ना, उह वधिया रहिंदे आ टाइट करदे, क्योंकि इहदी इक आपां कड़ी जां वध कर सकदे आ जां घट कर सकदे आ। जिवें हुण मान लो आह माड़ा जिहा ढिल्ला होवे ते मैं इक कड़ी वध कर दूं, ज़्यादा टाइट हो जाणी आ, ਅਤੇ ਇੱਕ ਗੜੀ ਘੱਟ ਕੀਤੇ ਤੋਂ ਥੋੜ੍ਹਾ ਜਿਹਾ ਢਿੱਲਾ ਹੋ ਜਾਂਦਾ, ਹੈ ਨਾ। ਅਤੇ ਉਹ ਜਿਹੜੇ ਚੂੜੀ ਵਾਲੇ ਬੂਮਰ ਹੁੰਦੇ ਉਹਨੂੰ ਆਪਾਂ ਜਮ੍ਹਾਂ ਪਰਫੈਕਟ ਕਰ ਸਕਦੇ ਜਿੰਨਾ ਵੀ ਆਪਾਂ ਟਾਈਟ ਕਰਨਾ ਹੋਵੇ। ਅਤੇ ਹੁਣ ਆਪਾਂ ਬੰਜੀਆਂ ਮਾਰ ਦਿੰਦੇ ਹਾਂ ਬੂਮਰਾਂ ਨੂੰ, ਅਤੇ ਬੈਲਟਾਂ ਸਾਂਭ ਦਿੰਦੇ ਹਾਂ, ਮਤਲਬ ਸੋਰੀ ਬੈਲਟਾਂ ਕਹੀਏ ਨਾ, ਚੇਨਾਂ ਵੀ, ਚੇਨਾਂ ਜਿਹੜੀਆਂ ਵਾਧੂ ਆ ਲਾਮਕਦੀਆਂ ਉਹ ਬੰਨ ਦਿੰਦੇ ਹਾਂ। ਫਿਰ ਆਪਾਂ ਤੁਰਦੇ ਹਾਂ ਬਾਈ ਜੀ, बूमर ए हो गया भी ये खुल नहीं सकता है, जो खुलना भी चाहे नूड़ता इनू आप, जिमें हम जा बैल्ट वाधू आ थोड़ी जी, इनू आप बैची बन देंगे। ਲੋਡ ਸੌਖਾ ਹੀ ਸੀਗਾ ਬਾਈ ਜੀ, ਬਾਹਲਾ ਜ਼ਿਆਦਾ ਭਾਰਾ ਵੀ ਨੀਗਾ, ਉੱਦਾਂ ਵੱਡਾ ਸਾਰਾ ਬੋਰਡ ਜਿਹਾ ਜਾਵਾਂ ਪੂਰਾ ਪੂਰਾ ਵਾ, ਮਾੜਾ ਮਾੜਾ ਕਹਿ ਸਕਦੇ ਹਾਂ, ਇੰਚ ਇੰਚ ਟ੍ਰੇਲਰ ਤੋਂ ਦੋ ਦੋ ਇੰਚ ਸ਼ਾਇਦ ਬਾਹਰ ਨੂੰ ਵੀ ਹੋਵੇ, 8 ਇੰਚ ਥੋੜ੍ਹਾ ਜਿਹਾ ਜ਼ਿਆਦਾ, 8 ਸੋਰੀ ਫੁੱਟ ਤੋਂ ਥੋੜ੍ਹਾ ਜਿਹਾ ਜ਼ਿਆਦਾ ਆ, ਅਤੇ ਟ੍ਰੇਲਰ ਆਪਣੇ 8 ਫੁੱਟ ਦੇ ਹੁੰਦੇ ਆ, ਮਾੜਾ ਮੋਟਾ ਬਾਹਰ ਹੋਊਗਾ, ਪਰ ਇੰਨਾ ਕੋਈ ਚੱਕਰ ਨਹੀਂ ਹੈਗਾ। ਅਤੇ ਇੱਕ ਬੈਲਟ ਆਪਾਂ ਮੂਹਰੇ ਮਾਰੀ ਆ, ਕਿਉਂਕਿ ਉਹ ਕਹਿੰਦੇ ਸੀਗੇ ਵੀ ਤੂੰ ਹੁਣ ਸਾਰਾ ਆਪਾਂ ਮਤਲਬ ਜੋ ਵੀ ਸਿਕਿਓਰਮੈਂਟ ਕੀਤੀ ਉਹ ਪਿਛਲੇ ਹਿੱਸੇ ਨੂੰ ਹੀ ਕੀਤੀ ਆ, ਹੈ ਨਾ, ਅਤੇ ਆਹ ਹਿੱਸਾ ਅੱਡਾ, ਅਤੇ ਵੇਟ ਇਹਦੇ ਉੱਪਰ ਆ ਪੱਖਾ ਜਿਹਾ ਲੱਗਿਆ, ਅਤੇ ਇੱਥੇ ਜਨਰੇਟਰ ਜਿਹਾ ਲੱਗਿਆ, ਅਤੇ ਉਹ ਕਹਿੰਦਾ ਸੀ ਵੀ ਫਿਰ ਜਦੋਂ ਤੂੰ ਜਾਏਂਗਾ ਰੋਡ 'ਤੇ ਵੀ ਆਹ ਮੂਹਰਲਾ ਹਿੱਸਾ ਬਾਊਂਸ ਕਰੂਗਾ, ਅਤੇ ਫਿਰ ਆਪਾਂ ਥੱਲੇ ਮੇਨ ਗਾਡਰ ਨੂੰ ਇੱਕ ਮੂਹਰੇ ਚੇਨ ਮਾਰਤੀ, ਸੋਰੀ ਬੈਲਟ ਮਾਰਤੀ, ਅਤੇ ਬਾਕੀ ਚੇਨਾਂ ਮਾਰਤੀਆਂ। ਹੁਣ ਇੱਥੇ ਵੀ ਆਹ ਪਾ ਦਈਏ ਬੂਮਰ ਨੂੰ ਬੰਜੀ, ਅਤੇ ਫਿਰ ਨਿਕਲੀਏ ਬਾਈ ਜੀ ਠੰਡੇ ਠੰਡੇ। ਲੋਡ ਚੱਕਣ ਨੂੰ ਟਾਈਮ ਆਪਾਂ ਨੂੰ ਅੱਧਾ ਕੁ ਘੰਟਾ ਹੀ ਲੱਗਿਆ, ਕੋਈ ਬਾਹਲਾ ਟਾਈਮ ਨਹੀਂ ਖਰਾਬ ਹੋਇਆ।
ਲਓ ਵੀ ਕੰਮ ਡਨ 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 ਹੈ ਬਾਈ ਜੀ। ਚਿੰਨ ਵਾਲਾ ਲੋਡ ਸੌਖਾ ਬਹੁਤ ਹੁੰਦਾ ਉੱਦਾਂ ਬੰਨਣਾ, ਬਸ ਮੇਰੇ ਵਰਗਾ ਜਿਵੇਂ ਨਵਾਂ ਹੁੰਦਾ ਵਾ ਚਿੰਨ ਵਾਲੇ ਲੋਡ ਘੱਟ ਚੱਕੇ ਹੁੰਦੇ ਆ ਉਦੋਂ ਥੋੜ੍ਹਾ ਜਿਹਾ ਚੱਕਰ ਪੈ ਜਾਂਦਾ। ਮੈਨੂੰ ਤਾਂ ਲੱਗਦਾ ਬਾਈ ਹੁਣਾਂ ਨੂੰ ਛੁੱਟੀ ਹੋ ਗਈ ਸਾਰੇ ਹੀ ਘਰਾਂ ਨੂੰ ਹੋਵੇ। ਬਾਕੀ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਤੁਸੀਂ ਦੱਸ ਦਿਓ ਬਾਈ ਜੀ, ਕਿਉਂਕਿ ਚਿੰਨਾਂ ਦੇ ਲੋਡ ਆਪਾਂ ਬਹੁਤ ਘੱਟ ਚੱਕੇ ਆ, ਜਿੰਨਾ ਕੁ ਪਤਾ ਉਨਾ ਕੁ ਬੰਨ ਲਿਆ ਅਤੇ ਉਨਾ ਕੁ ਤੁਹਾਨੂੰ ਦੱਸਤਾ। ਖਿੱਚੀਏ ਕੰਮ ਹੁਣ ਬਾਈ ਜੀ ਇੱਥੋਂ ਪਿੱਛੇ ਨੂੰ। ਲਓ ਜੀ ਬਾਈ ਜੀ ਆਪਾਂ ਲੋਡ ਚੱਕ ਲਿਆ ਅਤੇ ਤੁਰ ਪਏ ਹਾਂ। ਵਿਨੀਪੈਗ ਹੈਗਾ ਆਪਾਂ ਨੂੰ ਇੱਥੋਂ 10 ਕੁ ਘੰਟੇ ਦੀ ਡਰਾਈਵ, ਅਤੇ ਆਪਣੇ ਕੋਲ 5 ਘੰਟਿਆਂ ਦੀ ਡਰਾਈਵ ਵੀ ਬਚੀ ਆ ਅੱਜ ਦੀ, ਮਤਲਬ 5 ਕੁ ਘੰਟੇ ਆਪਾਂ ਨੂੰ ਕੱਲ੍ਹ ਨੂੰ ਟਰੱਕ ਚਲਾਉਣਾ ਪਊਗਾ ਅਤੇ 12 ਕੁ ਵਜੇ ਪਹੁੰਚਾਂਗੇ, ਕਿਉਂਕਿ ਹੁਣ ਵੱਜੇ ਆ 2:42, ਮਤਲਬ ਕਿ ਲਾ ਲਓ 3 ਵਜੇ ਆ, 3 ਵਜੇ ਆਪਾਂ 5 ਘੰਟੇ ਦੀ ਬੁੱਕ ਪਈ ਆ। ਚਲੋ ਆਪਾਂ 8:30 ਵਜੇ ਖੜ੍ਹ ਗਏ ਬਾਈ ਜੀ, 8:30 ਵਜੇ ਖੜ੍ਹਾਂਗੇ ਅਤੇ ਕੱਲ੍ਹ ਨੂੰ ਸਵੇਰੇ 6:30 ਵਜੇ ਬੁੱਕ ਚੱਲੂਗੀ, ਅਤੇ 6:30 ਵਜੇ ਜੇ ਆਪਾਂ ਬੁੱਕ ਚੱਲੀ, ਚਲੋ 6:30 ਵੀ ਛੱਡੋ, ਆਪਾਂ 7 ਵਜੇ ਟਰੱਕ ਤੋਰਿਆ ਅਤੇ 7:05 ਹੋ ਗਏ 12, ਚਲੋ 12 ਵੀ ਛੱਡੋ, 5 ਘੰਟੇ ਆਪਾਂ ਇੱਕ ਹੋਰ ਗਾਂਹ ਲਾ ਲੈਂਦੇ ਹਾਂ, 1 ਵਜੇ ਪਹੁੰਚਾਂਗੇ ਬਾਈ ਜੀ ਕੱਲ੍ਹ ਨੂੰ ਘਰੇ। ਇੰਨਾ ਕੁ ਫਿਰ ਘੰਟੇ ਘੁੰਟੇ ਵੱਧ ਲਾਉਣੇ ਪੈਂਦੇ ਆ, ਫਿਰ ਕੰਮ ਚੱਲਦਾ ਟਰੈਕਿੰਗ ਹੈ ਬਾਈ ਜੀ। ਅਤੇ 12:01 ਵਜੇ ਪਹੁੰਚਾਂਗੇ, 1 ਵਜੇ ਪਹੁੰਚੇ ਅਤੇ ਆਪਣੀ ਬੁੱਕ ਚੱਲੂਗੀ ਸੋਮਵਾਰ ਨੂੰ ਤੜਕੇ, ਮਤਲਬ ਸੋਮਵਾਰ ਨੂੰ ਸਵੇਰੇ, ਰਾਤ ਨੂੰ ਸੋਮਵਾਰ ਨੂੰ 1 ਵਜੇ, ਅਤੇ ਸੋਮਵਾਰ ਨੂੰ ਆਪਾਂ ਤੁਰਾਂਗੇ ਅਤੇ ਮੰਗਲਵਾਰ ਨੂੰ ਇਹ ਲੋਡ ਦੀ ਡਿਲੀਵਰੀ ਕਰ ਦਾਂਗੇ ਅਲਬਰਟਾ 'ਚ, ਇਹਦੀ ਡਿਲੀਵਰੀ ਹੋਣੀ ਆ। ਪਲੈਨਿੰਗ ਆਪਾਂ ਬਹੁਤ ਜ਼ਿਆਦਾ ਲੰਮੀਆਂ ਕਰ ਰਹੇ ਹਾਂ, ਇੰਨਾ ਨਾ ਸੋਚ ਕੇ, 54 ਮਿੰਟਾਂ ਦੇ ਪੰਪ ਆਉਣਾ ਵਾ, ਉੱਥੋਂ ਤੇਲ ਪਵਾਈਏ, ਨਾਲੇ ਤਾਂ ਤੇਲ ਥੋੜ੍ਹਾ ਰਹਿ ਗਿਆ। ਲੈ ਹੁਣ ਸਾਈਨ ਵੀ ਉੱਡ ਗਿਆ ਚੈੱਕ ਇੰਜਣ ਦਾ, ਜਦੋਂ ਲੋਡ ਚੱਕਿਆ ਗਿਆ ਉਦੋਂ ਸਾਰਾ ਕੁਝ ਹੀ ਸਹੀ ਹੋ ਗਿਆ। ਹੋਰ ਨਹੀਂ ਭਰਾਵਾ ਤੂੰ ਸਹੀ ਹੋਈ ਰਹਿ, ਹੋਰ ਇੱਥੇ ਜਾਂਦਾ ਫਿਰ ਰੀਜਨ ਮੰਗ ਲਵੇ। ਡਰਾਉਣਾ ਹੀ ਸੀ ਬਾਈ ਜੀ ਇਹਨੇ ਆਪਾਂ ਨੂੰ, ਨਾ ਡਰਾਵਾ ਹੀ ਦੇ ਰਿਹਾ ਸੀਗਾ ਮੇਰਾ ਵੀਰ ਆਪਾਂ ਨੂੰ, ਡਰਾਵਾ ਹੀ ਦੇ ਰਿਹਾ ਸੀ। ਅਤੇ ਮੈਂ ਕਹਿ ਰਿਹਾ ਸੀਗਾ ਬਾਈ ਜੀ ਵੀ 54 ਮਿੰਟਾਂ 'ਤੇ ਆਪਾਂ ਨੂੰ ਪੰਪ ਆ, ਹੁਣ 56 'ਤੇ ਹੋ ਗਿਆ, ਚਲੋ ਘੰਟੇ ਦੀ ਡਰਾਈਵ 'ਤੇ ਆਪਾਂ ਨੂੰ ਪੰਪ ਆ ਲੱਭਦਾ, ਅਤੇ ਉੱਥੋਂ ਆਪਾਂ ਨਾਲੇ ਤਾਂ ਤੇਲ ਪਵਾਉਂਦੇ ਹਾਂ, ਨਾਲੇ ਕੁਛ ਖਾਂਦੇ ਪੀਂਦੇ ਹਾਂ, ਕਿਉਂਕਿ ਰੋਟੀ ਖਾਣ ਨੂੰ ਮੇਰਾ ਬਾਈ ਜੀ ਮੂਡ ਬਣਿਆ ਨਹੀਂ। ਸੋਚਿਆ ਸੀਗਾ ਮੈਂ ਕਿਹਾ ਚੱਲ ਛੱਡ ਉੱਥੋਂ ਰੈਪ ਖਾਵਾਂਗੇ ਇੱਕ, ਵਧੀਆ ਸੀਗੇ ਬੰਦੇ ਬਾਈ ਜੀ ਉੱਦਾਂ, ਨਾ ਹੈਲਪਫੁੱਲ ਬੰਦੇ ਸੀ, ਹੈਲਪਫੁੱਲ ਅਤੇ ਕੁਇਕ, ਮਤਲਬ ਕਿ ਡਰਾਈਵਰ ਦਾ ਟਾਈਮ ਨਹੀਂ ਜਮ੍ਹਾਂ ਹੀ ਵੇਸਟ ਕੀਤਾ। ਅਤੇ ਬਾਈ ਮੈਨੂੰ ਆ ਕੇ ਦੱਸ ਵੀ ਗਿਆ, ਕਹਿੰਦਾ ਤੇਰੀ ਐਂ ਥੋੜ੍ਹਾ ਜਿਹਾ ਡੈਮੇਜ ਹੋ ਜੂਗਾ ਐਂਗਲ ਨੂੰ, ਕੋਈ ਚੱਕਰ ਨਹੀਂ ਉੱਦਾਂ ਕਹਿੰਦਾ, ਜੇ ਹੋ ਵੀ ਜਾਊਗਾ ਪਰ ਬੈਸਟ ਆ ਜੇ ਤੂੰ ਕਹਿੰਦਾ ਐਂਗਲ ਜੀ ਚੇਂਜ ਕਰ ਲਵੇਂ, ਮਤਲਬ ਹੋਰ ਤਰੀਕੇ ਨਾਲ ਬੰਨ ਲਵੇਂ ਜਿਵੇਂ ਆਪਾਂ ਹੁਣ ਬੰਨਿਆ, ਕਹਿੰਦਾ ਜੇ ਤੂੰ ਐਂ ਬੰਨ ਲਵੇਂ ਤਾਂ ਵਧੀਆ। ਮੈਂ ਕਿਹਾ ਤੂੰ ਚੱਕਰ ਹੀ ਕੋਈ ਨਹੀਂ, 2 ਮਿੰਟ ਲੱਗਣੇ ਆ, ਚੇਨਾ ਘੁਮਾ ਕੇ ਆਪਾਂ ਦੂਜੂ ਕਰਤੀਆਂ। ਆਹ ਸੀਗੀ ਕੰਪਨੀ ਇਹਨਾਂ ਦੀ ਬਾਈ ਜੀ, ਇਹਨਾਂ ਮੈਨੂੰ ਛਾਨਣਾ ਜਿਹਾ ਲੱਗਿਆ ਕਿਸੇ ਤਰ੍ਹਾਂ ਦਾ, ਜਿਵੇਂ ਵਿੱਚ ਉਹਦੇ ਪੱਖਾ ਜਿਹਾ ਵੀ ਲੱਗਾ ਇੱਕ, ਅਤੇ ਪਤਾ ਨਹੀਂ ਕੀ ਹੋਊਗਾ, ਪਰ ਚਲੋ ਲੋਡ ਚੱਕ ਲਿਆ ਆਪਾਂ ਤੁਰ ਪਏ ਹਾਂ ਇੱਧਰ। ਬਹੁਤ ਸੋਹਣਾ ਵਿਊ ਹੈ ਇੱਧਰਲੇ ਪਾਸੇ ਨੂੰ, ਮੱਕੀ ਜੀ ਬੀਜੀ ਲੱਗਦੀ ਹੈ ਮੈਨੂੰ ਇਹਨਾਂ ਦੀ, ਮੱਕੀ ਲੱਗਦੀ ਹੈ, ਮੱਕੀ ਬੀਜੀ ਆ ਕਿਆਰਿਆਂ 'ਚ, ਕਿਆਰਿਆਂ 'ਚ ਨਹੀਂ ਮਤਲਬ ਲਾਈਨਾਂ 'ਚ। ਆਹ ਕਬਰਿਸਤਾਨ ਆ ਗਿਆ, ਗੋਰਿਆਂ ਦਾ ਕਬਰਿਸਤਾਨ ਦੇਖੋ ਬਾਈ ਜੀ ਕਿੰਨਾ ਸੋਹਣਾ, ਅਤੇ ਜੀ ਲੱਗਦਾ ਬੰਦੇ ਨੂੰ। ਓਕੇ ਓਕੇ ਠੀਕ ਆ, ਓਕੇ ਪੰਪ 'ਤੇ ਆ ਗਏ ਬਾਈ ਜੀ, ਤੇਲ ਪੈ ਰਿਹਾ ਟਰੱਕ 'ਚ, ਅਤੇ ਚੇਨਾਂ ਦੇਖਦਾ ਸੀ ਮੈਂ ਜਮ੍ਹਾਂ ਨਹੀਂ ਖਿੱਲੀਆਂ। ਅਤੇ ਮੈਂ ਤੁਹਾਨੂੰ ਕਹਿੰਦਾ ਸੀ ਨਾ ਬਾਈ ਜੀ ਚੂੜੀ ਵਾਲੇ ਬੂਮਰ ਹੁੰਦੇ ਆ, ਉਹ ਆਹ ਵਾਲੇ ਬੂਮਰ ਹੁੰਦੇ ਆ, ਜਿਵੇਂ ਹੁਣ ਇਹਨੂੰ ਆਪਾਂ ਟਾਈਟ ਕਰਨਾ ਚੂੜੀ ਤੋਂ ਇੱਥੋਂ, ਜਿੰਨਾ ਮਰਜ਼ੀ ਐਂ ਗਾਂ ਅੱਗੇ ਪਿੱਛੇ ਟਾਈਟ ਕਰ ਦਈਏ, ਅਤੇ ਆਹ ਜੇ ਆਪਾਂ ਟਾਈਟ ਕਰਨਾ ਇਹਦੀ, ਜਿਵੇਂ ਹੁਣ ਆਹ ਕੜੀ 'ਚ ਪਾਇਆ ਹੋਇਆ ਵਾ ਕੁੰਡਾ, ਹੈ ਨਾ, ਇਹਨੂੰ ਪੈਰ 'ਚ ਪਾ ਸਕਦੇ ਹਾਂ, ਉਹਦੇ ਨਾਲ ਕੀ ਹੋਊਗਾ ਵੀ ਕਈ ਵਾਰੀ ਬਾਹਲਾ ਟਾਈਟ ਹੋ ਜਾਂਦਾ। ਅਤੇ ਇਹਨਾਂ ਬੂਮਰਾਂ ਨਾਲ ਕੀ ਹੁੰਦਾ ਵੀ ਜਿੰਨਾ ਮਰਜ਼ੀ ਵੱਧ ਘੱਟ ਕਰ ਸਕਦੇ ਹਾਂ, ਵੀ ਇਹਨੂੰ ਜਮ੍ਹਾਂ ਪੂਰਾ ਖੋਲ੍ਹ ਕੇ ਇੱਕ ਵਾਰੀ ਅਤੇ ਕੜੀਆਂ 'ਚ ਪਾ ਲਈਦਾ, ਅਤੇ ਬਾਅਦ 'ਚੋਂ ਜਿੰਨਾ ਮਰਜ਼ੀ ਟਾਈਟ ਕਰੀ ਜਾਓ, ਢਿੱਲਾ ਕਰੀ ਜਾਓ, ਵੀ ਉਹ ਵਾਲੇ ਬੂਮਰ ਵਧੀਆ ਬੈਸਟ ਚੀਜ਼ ਆ ਉਹ ਇਹਨਾਂ ਨਾਲੋਂ, ਪਰ ਇਹ ਵੀ ਓਕੇ ਆ ਚਲੋ। ਅਤੇ ਤੇਲ ਆਪਾਂ ਪਵਾ ਲਿਆ, ਲੋਡ ਨਹੀਂ ਹਿੱਲਿਆ ਹੁੱਲਿਆ, ਜਮ੍ਹਾਂ ਹੀ ਓਕੇ ਆ ਕੰਮ। ਤੇਲ ਪੈ ਗਿਆ 163 ਗੇਲਣਾ, 170 ਪੈ ਜਾਣਾ ਵਾ,
ਛੇ ਸੱਤ ਤਾਂ ਸੀਡਾਂ ਸੂਡਾਂ 'ਤੇ ਹੀ ਵੜ ਜਾਂਦੀਆਂ ਇਹ ਵੱਧ ਕਹਿ ਗਏ ਸੀ 67 ਹੀ ਪਈਆਂ ਪੈਦਾ ਜਾਣਗੀਆਂ ਕਾਹਨੂੰ ਟੱਕਰਾਂ ਮਾਰਨੀਆਂ ਹੋਰ ਪਵਾਲਾਂਗੇ ਗਾਂਹ ਜਾ ਕੇ ਵੱਡੀ ਗੱਲ ਹੀ ਕਹਿ ਜਾਂਦਾ ਮੈਂ ਵੀ ਕਦੇ ਕਦੇ ਬਾਈ ਡੈਥ ਵੀ ਪਵਾ ਲਈਏ ਜ਼ਰੂਰੀ ਹੈ ਬਚ ਗਏ ਆ ਮਤਲਬ ਓਕੇ ਹੀ ਸੀਗਾ ਸਾਰਾ ਕੁਛ ਪਰ ਫਿਰ ਵੀ ਐਵੇਂ ਤੁਹਾਨੂੰ ਪਤਾ ਵੀ ਚੱਕਰ ਪੈਂਦੇ ਆ ਪਤਾ ਨੀ ਲੱਗਦਾ ਟਰੱਕ ਕੇਟੂ ਬਾਈਪਾਸ ਆਪਾਂ 90 ਦੇ ਚੱਲ ਰਹੇ ਹਾਂ ਹੁਣ ਆਹ 90 ਆ ਪਹਿਲਾਂ ਆਪਾਂ 80 'ਤੇ ਗਏ ਸੀ ਇੱਧਰ ਨੂੰ ਮਤਲਬ ਐਂ ਰੋਡ ਚੱਲਦੇ ਆ ਅਮੈਰੀਕਾ 'ਚ ਜਿਵੇਂ 90 ਇਹ ਦੁਕਾਨ 94 ਆ ਅਤੇ ਥੱਲੇ ਨੂੰ 90 ਆ ਗਿਆ 80 ਆ ਗਿਆ 70 ਆ ਗਿਆ 40 ਆ ਗਿਆ ਐਂ ਗਾਂਹ ਨੂੰ ਘੱਟਦੇ ਜਾਂਦੇ ਆ ਮਤਲਬ ਅੱਗੇ ਵੀ ਮੈਂ ਉੱਦਾਂ ਕਰੀ ਗੱਲ ਕੀਤੀ ਸੀ ਜਿਹੜੇ ਹੈਗੇ ਆ ਈਵਨ ਨੰਬਰ ਉਹ ਰੋਡ ਐਂ ਚੱਲਦੇ ਆ ਈਸਟ ਟੂ ਵੈਸਟ ਜਾਂ ਵੈਸਟ ਟੂ ਈਸਟ ਹੈ ਨਾ ਅਤੇ ਜਿਹੜੇ ਔਡ ਨੰਬਰ ਆ ਉਹ ਨੌਰਥ ਤੋਂ ਸਾਊਥ ਚੱਲਦੇ ਆ ਜਾਂ ਸਾਊਥ ਤੋਂ ਨੌਰਥ ਕਹਿ ਲਓ ਜਿਵੇਂ 35-29 ਹੋ ਗਿਆ ਜਾਂ 5 ਹੋ ਗਿਆ ਗਾਂਹ ਹੈ ਨਾ ਜਾਂ ਹੋਰ ਜਿੰਨੇ ਵੀ ਰੋਡ ਚੱਲਦੇ ਆ ਸਾਰੇ ਐਂ ਰੋਡ ਚੱਲਦੇ ਆ ਮੂਸੇ ਵਾਲਾ ਜੀ ਨੂੰ ਮੌਕਾ ਦਿੱਤਾ ਅੱਜ ਆਪਾਂ ਮੂਸੇ ਵਾਲਾ ਜੀ ਚੱਲ ਰਹੇ ਹਾਂ ਸਵੇਰੇ ਸਰਤਾਜ ਨੂੰ ਮੌਕਾ ਦਿੱਤਾ ਗਿਆ ਸੀ ਸਟੇਜ ਦੇਈਦੇ ਆਪਾਂ ਫਿਰ ਬੰਦਿਆਂ ਨੂੰ ਹੁਣ ਮੂਸੇ ਵਾਲਾ ਚੱਲ ਰਿਹਾ ਬਾਈ ਜੀ ਕਿਆ ਹੀ ਨਜ਼ਾਰਾ ਹੈ ਬਾਈ ਜੀ 6:00 ਸਵੇਰ ਦੇ ਚਿੜੀਆਂ ਬੋਲ ਰਹੀਆਂ ਬੰਦੇ ਨਿਕਲ ਰਹੇ ਆ ਸਤਿ ਸ਼੍ਰੀ ਅਕਾਲ ਬਾਈ ਰਾਤ ਆਪਾਂ ਇੱਥੇ ਰੈਸਟ ਏਰੀਏ 'ਤੇ ਆ ਕੇ ਸੌਂ ਗਏ ਸੀ 6:30 ਹੋ ਚੱਲੇ ਬਾਈ ਜੀ ਇੱਥੇ ਆ ਕੇ ਸੌਂ ਗਏ ਸੀ ਬਾਈ ਜੀ ਆਪਾਂ ਉਹ ਨਾਲ ਇੱਥੇ ਹਾਈਵੇ ਚੱਲਦਾ ਝੋਨਾ ਝਾਨਾ ਵੱਢਦੇ ਹਾਂ ਨਾ ਜਦੋਂ ਝੋਨਾ ਵੱਢ ਕੇ ਮਤਲਬ ਜਦੋਂ ਬਾਅਦ 'ਚੋਂ ਪਰਾਲੀਆਂ ਨੂੰ ਅੱਗ ਜੀ ਲਾਈ ਹੁੰਦੀ ਆ ਅਤੇ ਸਵੇਰੇ ਸਵੇਰੇ ਜਿਵੇਂ ਉਹ ਸਮੈਲ ਜੀ ਆਉਂਦੀ ਹੁੰਦੀ ਆ ਮਾੜੀ ਮਾੜੀ ਉਹ ਸਿਸਟਮ ਜਿਹਾ ਹੋਇਆ ਕਿਉਂਕਿ BC 'ਚ ਅੱਗ ਲੱਗੀ ਹੋਈ ਆ ਬਾਈ ਜੀ BC 'ਚ ਅੱਗ ਲੱਗੀ ਹੋਣ ਕਰਕੇ ਉੱਥੋਂ ਆਇਆ ਸਾਰਾ ਇੱਧਰ ਨੂੰ ਆ ਗਿਆ ਮਤਲਬ ਹਵਾ ਚੱਲ ਗਈ ਕਰਕੇ ਅਤੇ ਜਿਵੇਂ ਆਪਣੇ ਥੋੜ੍ਹਾ ਥੋੜ੍ਹਾ ਧੂੰਆਂ ਜਿਹਾ ਹੁੰਦਾ ਸਵੇਰੇ ਸਵੇਰੇ ਜਾਂ ਹੁੰਦਾ ਹੀ ਆ ਸਵੇਰੇ ਸਵੇਰੇ ਕਾਹਨੂੰ ਵੀ ਉਵੇਂ ਜਿਹੇ ਮੌਸਮ ਆ ਥੋੜ੍ਹਾ ਥੋੜ੍ਹਾ ਅਤੇ ਆਪਣਾ ਲੋਡ ਹੈ ਬਾਈ ਜੀ ਟਰੱਕ ਸਟਾਰਟ ਕਰ ਦਿੰਦੇ ਹਾਂ ਆਪਾਂ ਗਰਮ ਹੋ ਜੂਗਾ ਮਾੜਾ ਜਿਹਾ ਅਤੇ ਫਿਰ ਆਪਾਂ ਵਿਚਾਰ ਵਟਾਂਦਰਾ ਕਰਦੇ ਹਾਂ ਮਾੜਾ ਮੋਟਾ ਘਾਹ ਆ ਦੇਖੋ ਕਿੰਨਾ ਸੋਹਣਾ ਯਾਰ ਆਪਣਾ ਵੀ ਘਰੇ ਨਾ ਘਾਹ ਕੱਟਣ ਵਾਲਾ ਜਾ ਕੇ ਅੱਜ ਕੱਟਦੇ ਹਾਂ ਸੀਟੀ ਵੱਜਾ ਕੇ ਬੋਲ ਔਲ ਇਜ਼ ਵੈਲ ਤੇਰੇ ਚਾਚੂ ਔਲ ਇਜ਼ ਵੈਲ ਵਾਹਿਗੁਰੂ ਜੀ ਸਰਵਿਸ ਡਿਊ 1000 ਕਿਲੋਮੀਟਰ ਪਤਾ ਲੱਗ ਗਿਆ ਵੀਰੇ ਮੈਨੂੰ ਕਰਾਊਂਗਾ ਤੇਰੀ ਸਰਵਿਸ ਏਅਰ ਲੋਅ ਹੋਈ ਪਈ ਹੈ ਨਹੀਂ ਹਿੱਲਿਆ ਬਾਈ ਜੀ ਚੇਨਾਂ ਵਾਲੇ ਲੋਡ ਦਾ ਨਜ਼ਾਰਾ ਵਾ ਇੱਕ ਤਾਂ ਬੰਨਣੇ ਸੌਖੇ ਆ ਅਤੇ ਇੱਕ ਵਧੀਆ ਮਤਲਬ ਕਿ ਨਜ਼ਾਰੇਦਾਰ ਚੀਜ਼ ਆ ਟਾਇਟ ਆ ਪੂਰਾ ਕੰਮ ਟਾਇਟ ਪਤਾ ਓਕੇ ਹੀ ਆ ਇੱਧਰ ਹੀ ਬਹਿ ਜੇ ਜਾਂਦੇ ਆ ਕਿਤੇ ਟਰੱਕ ਦੇ ਨੇੜੇ ਤੇੜ ਤਾਂ ਰੌਲਾ ਬਹੁਤ ਪੈ ਰਿਹਾ ਇੱਕ ਤਾਂ ਗੱਲ ਹੈ ਬਾਈ ਜੀ ਇਹ ਵੀ ਆਪਣੇ ਬੰਦੇ ਪਿੰਦੂ ਰਵੀ ਮਾਟਾ 3 ਜਣੇ ਆ ਬਰੈਂਪਟਨ
पुराने ब्लॉग तुम देखे हो अपने आड़ी है बई जी तो उन्होंने गड्डिया की कंपनी खोली आ मतलब डीलरशिप खोली आ आर पी एम मोटर्स बई जी तो जे किसी गड्डी की लोड़ हो लैनी होे बंद ने नेड़े तेरे रिश्तेदार ने भैन भरा ने लैनी हो उन्होंने लियो बई जी उन्होंने मौका दो नवे बंदे आ अपने यार दोस्त वधिया बंदे एक तो यह गलबात सी बई जी ब्रैम्पटन खोलिया बई जी उन्होंने मैं एड्रैस वगैरह इतने सारा कुछ दे दूंगा थोनू तो जरूर मौका दो उन्होंने अपन ही कंपनियां बई जी मेरा मेरी ही है बस कहो तो जे आए ब्रैम्पटन तो उ जरूर उतों का भी ब्लॉग व्लॉग बनावे तो एक मैं गलबात करनी थी बई जी मैसेज कल मैं इंस्टा चलाया मैं ना अगे इंस्टा बंद किया हुआ थी क्योंकि मैं रीलों रूलों से बड़ा टाइम खराब कर लग गया थी बई जी वेले होंगे सी वेले होंगे सी करके बड़ा टाइम खराब करते मैं बंद करता इंस्टा तो हूँ मैं कल चलाया उदा मैं बच्चे चला लेना हों मैसेज मूसेज कित माड़ा मोटा देखने या फोटो फाटो पाने ब्राउजर से चला लेंगे सफारी से जो मैं कल चलाया बई जी तो मैं बहुत मैसेज आए मतलब आए पे से पुराने बाले भी नहीं हूँ जिमें भी पच्ची कह लो भी आप इन्ने बहुत आ हूँ जे भी बंद ने मैसेज किए वध सी चलो जो भी ने भी मैसेज किए चलो भी बंदे तो वेट कर दी है ना ठंड है यार ठारी चढ़ती है पत्थर जहा ठंडा भी चलो भी बंद ने मैसेज किया मेरे कहने का मतलब भी वह वेट कर दिया बंदे है ना तो चलो सारे तो मैसेज भी नहीं करते होंगे भी ब्लॉग नहीं आ रहे है ना तो ब्लॉग बई जी मैं ऐ लगता हूँ भी यार रिपीट जे हो लग जाते कई बार अपने सो ता करके मैं जो लगता जी जहा करता वा ब्लॉग बना उदो बना ली दे आए ना मैं ऐ हों भी धक्के जे ना चीज बनानी पवे अगे भी आप गल कई बार की है तो जदों जी जहा करता तो जो लगती है कोई चीज़ भी बनाने वाली है उदो बना ली दा भी हूँ हरेक गेड़े का भी की ब्लॉग बनावे ना उ गल् होंगे सेम सेम बंदा गल् करी जाता चलो ये गल भी हुई निबड़ी तो इंस्टा बंद होया बई जी वह ना वधिया भी है चीज़ वधिया ए क्योंकि बड़ा टाइम लाने लग गए थे इंस्टे पर बई कह लो भी बस भी जो वेले होंगे सके होर कोई चीज़ नहीं करते काम कार तो चलो उदा करते पर जो भी वेले होंगे फोन चाह के इंस्टे से रील देखी जाएगा या कुछ होर है ना भी उदों थोड़ा जहा टाइम हूँ जिमें घर चिड़िया दाने दुने पाले या घा घू कट लिया या कुछ होर है ना यह जहाँ मतलब होर चीज़ा लो गए सैकल ले आते सैकल सूकल चला जान लग गए वाया जहाँ कहो भी करी जाइना तो होर मैं कोई हल लभ नहीं सी रहा वैसे मेरे अर के बंद जो सोशल मीडिया से थोड़ा जहा है ना कोई भी माड़ा मोटा भी उन्होंने तो एक्टिव रहना चाहिए पर कल मैं फिर चला लिया बई मैं फोटो फाटो पाई फिर मैं एक फोटो जी पा दी भी ब्लॉग आ रहा छेती छेती तो चलो ये गलबात सी होर कोई हल नहीं बई जी रह नहीं सी होंदा एक होर गल सच जदों अपने को चीज़ अवेलेबल होंगी उदो आप करते ही करते हूँ मैं अज सवेरे ही यही गल फिर मेरे दिमाग चाहिए अगे ना मैं उठना सवेरे उठ के टोपी लै लेनी सिर ते परना होना को पर टोपी सौखी थी क्योंकि टोपी लैके तुर पैना हूँ मैं सोचना यार घर तो जाना टोपी लै लें देखा होना तो पुराने ब्लॉगों की हूँ मैं टोपी लैके ही नहीं आता बई जी नाल तो हूँ पता होंगे भी टोपी है नहीं पग बनी हुई है भी होर कोई ऑप्शन ही है नहीं फिर चुप करके परना बन ली दा ये चीज़ है भी जो चीज़ अपने को अवेलेबल होंगी उदों फिर बंदा करता ही है भी जो अपने को हो भी ना फिर बंद को ऑप्शन ही नहीं होंगी फिर बंदा ए कर ले भी जो नहीं हटाया जाता फिर अवेलेबल ही ना हो चीज़ फिर हट जाता बंदा मेरे कहने का मतलब यह जेब च ब्रश वगैरह तुरे फिरते सेंसोडाइन दंदा का ध्यान रखो बई जी रात को ब्रश कराया करो तो चलो चलीए हूँ घर बई जी 6:30 हो गए बुक अपनी होगी 10 घंटे 20 मिनट की 15 मिनट की ऑन ड्यूटी पा के तो निकल चलते हैं तो इंस्टे से मैं मैसेज बई आए थे यार काफ़ी है ना आ देखो है ना जिमें बच्चों मैं थोड़े जो रिप्लाई करते पर मैसेज बहुत आए पे आ जिमें हम भी सॉरी भी कह सकता मैं भी बई रिप्लाई नहीं किते पर हूँ चला ही नहीं रहा बई मैं इंस्टा है ना
ਹੁਣ ਪੁੱਛਣਾ ਬੰਦਿਆਂ ਨੇ ਜ਼ਿਆਦਾਤਰ ਇਹੀ ਹੁੰਦਾ ਵੀ ਬਾਈ ਵਲੋਗ ਨਹੀਂ ਆਇਆ ਅਤੇ ਵਲੋਗ ਬਾਈ ਹੁਣ ਮੈਂ ਟਰਾਈ ਕਰੂੰਗਾ ਵੈਸੇ ਮੈਂ ਕਹਿ ਹੀ ਦਿੰਦਾ ਵਾਂ ਵੀ ਰੈਗੂਲਰ ਹੋਊਂਗਾ ਪਰ ਮੈਂ ਟਰਾਈ ਕਰੂੰਗਾ ਵੀ ਪਾ ਦਿਆ ਕਰੀਏ ਪਰ ਮੈਨੂੰ ਐਂ ਲੱਗਦਾ ਜੇ ਮੈਂ ਉਵੇਂ ਪਾਉਣ ਲੱਗ ਗਿਆ ਵੀ ਹਰੇਕ ਹਰ ਰੋਜ਼ ਜਾਂ ਵੀਕ 'ਚ 3-4 ਵਲੋਗ ਫਿਰ ਤੁਸੀਂ ਵੀ ਅੱਕ ਜਾਣਾ ਕਰ ਲਿਆ ਬਾਈ ਜੀ ਆਪਾਂ ਅਤੇ ਵਿਨੀਪੈਗ ਪਹੁੰਚ ਜਾਣਾ ਆਪਾਂ 1.5 ਘੰਟੇ 'ਚ ਆਪਾਂ 1 ਵਜੇ ਦਾ ਐਸਟੀਮੇਟ ਲਾ ਰਹੇ ਸੀ ਕੱਲ੍ਹ ਪਰ ਆਪਾਂ 2 ਵਜੇ ਪਹੁੰਚਾਂਗੇ ਕਿਉਂਕਿ ਥੋੜ੍ਹਾ ਬਹੁਤਾ ਟਾਈਮ ਫਿਰ ਤੁਹਾਨੂੰ ਪਤਾ ਵੱਧ ਲੱਗ ਜਾਂਦਾ ਭਾਅ ਜੀ ਟਰੈਕਿੰਗ ਹੈ ਬਾਈ ਜੀ ਅਤੇ ਹੁਣ ਆਪਾਂ ਪਹੁੰਚ ਜਾਣਾ ਵਿਨੀਪੈਗ ਇੱਥੋਂ ਹੈਗਾ 87 ਕਿਲੋਮੀਟਰ ਉਹ ਬੋਰਡ ਦੱਸ ਰਿਹਾ ਪਰ ਆਪਾਂ ਨੂੰ ਜਿੱਥੇ ਆਪਾਂ ਜਾਣਾ ਵਾ ਉੱਥੇ ਜਾਣ ਨੂੰ ਲੱਗ ਜਾਣਾ 1.5 ਘੰਟਾ ਅਤੇ ਪੁਲਿਸ ਵਾਲਾ ਬਾਈ ਜੀ ਰਡਾਰ ਲਾਈ ਖੜ੍ਹੇ ਨੇ ਉਹ ਦੇਖੋ ਗੱਡੀ ਦੇ ਵਿੱਚ ਆ ਦੇਖੋ ਉੱਦਾਂ ਦਾ ਐਂ ਆ ਵੀ ਸਪੀਡ ਇੱਥੇ 110 ਦੀ ਆ ਅਤੇ ਜ਼ਿਆਦਾਤਰ ਟਰੱਕ 105 ਦੇ ਬੰਨੇ ਹੁੰਦੇ ਆ ਵੀ ਓਵਰ ਸਪੀਡਿੰਗ ਹੁੰਦੀ ਹੋਈ ਨਹੀਂ ਛੇਤੀ ਕਦੇ ਤਾਂ ਪਰ ਫਿਰ ਵੀ ਕਈ ਵਾਰੀ ਮੇਰੇ ਵਰਗਾ ਕੋਈ ਕਾਲਾ ਖਿੱਚੀ ਜਾਂਦਾ ਹੁੰਦਾ ਬਈ ਆਪਾਂ ਯਾਰਡ 'ਚ ਪਹੁੰਚ ਗਏ ਅਤੇ ਪੰਡਿਤ ਜੀ ਦਾ ਫੋਨ ਵੀ ਆ ਗਿਆ ਬਸ ਘੱਟ ਹੀ ਰੱਖੋ ਮੰਡੀ ਜੀ ਕੋਪੀਰਾਈਟ ਕਲੇਮ ਆ ਸਕਦਾ ਯਾਰਡ 'ਚ ਪਹੁੰਚ ਕੇ ਬਾਈ ਜੀ ਪੂਰੇ 2 ਵਜੇ ਚੱਲੇ ਆ 2 ਵਜੇ ਯਾਰਡ 'ਚ ਪਹੁੰਚੇ ਹਾਂ ਅਤੇ ਹੁਣ ਚੱਲਦੇ ਹਾਂ ਘਰਾਂ ਨੂੰ ਤੁਹਾਨੂੰ ਮਿਲਾਉਂਦੇ ਹਾਂ ਬੰਦਿਆਂ ਨਾਲ ਪੰਡਿਤ ਜੀ ਨਾਲ ਮਿਲਾਉਂਦੇ ਹਾਂ ਸ਼ੋਰ ਹੋਣੀ ਘਰੇ ਆ ਘਰੇ ਚੱਲ ਕੇ ਵਲੌਗ ਐਂਡ ਕਰਦੇ ਹਾਂ ਵਧੀਆ ਰਿਹਾ ਟ੍ਰਿਪ ਜਿਹੜਾ ਵਧੀਆ ਸੀਗਾ ਨਾਈਸ ਸੀਗਾ ਸਿੱਧਾ ਸਿੱਧਾ ਜਿਹਾ ਸੀਗਾ ਖੱਜਲ ਖੁਆਰੀ ਵਾਲਾ ਨਹੀਂ ਸੀ ਨਜ਼ਾਰੇਦਾਰ ਕੰਮ ਸੀ ਲਓ ਜੀ ਹੁਣ ਤਾਂ ਵੈਸੇ ਫਰਕ ਆ ਪਰ ਸਿਆਲਾਂ 'ਚ ਜਦੋਂ ਵੀ ਗੇੜਾ ਲਾ ਕੇ ਆਏ ਬ੍ਰੇਕਾਂ ਖਿੱਚੀ ਦੀਆਂ ਸੀ ਆ ਗਏ ਘਰੇ ਮਤਲਬ ਯਾਰਡ 'ਚ ਆ ਕੇ ਟਰੱਕ ਦੀਆਂ ਬ੍ਰੇਕਾਂ ਖਿੱਚੀ ਦੀਆਂ ਸੀ ਅਤੇ ਸ਼ੁਕਰ ਹੀ ਮਨਾਈਦਾ ਸੀ ਵੀ ਸ਼ੁਕਰ ਆ ਰੱਬਾ ਮੁੜ ਆਏ ਹਾਂ ਸੁੱਖੀ ਸਾਂਦੀ ਕਿਉਂਕਿ ਸਾਨੂੰ ਪਤਾ ਵੀ ਫਿਰ ਚੱਕਰ ਕਈ ਵਾਰੀ ਚੱਲ ਜਾਂਦੇ ਨਾ ਸਲੀਬ 'ਚ ਪਾਤੀ ਆ ਬੁੱਕ ਆਪਾਂ ਓਕੇ ਜੀ ਮਿਲਦੇ ਹਾਂ ਬਾਈ ਜੀ ਹੋਰ ਵੀ ਹੋ ਸਕਦੀ ਆ ਇਹ ਮਤਲਬ ਉਹਦੇ ਨਾਲ ਦੀ ਆ ਵਾਹਿਗੁਰੂ ਜੀ ਹੁਣ ਆਏ ਘੁੰਮਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਹਾਂ ਸ਼ੋਰ ਹੋਣਾ ਨਾਲ ਇਹਦਾ ਨਾਲ ਜੀ ਤੁਸੀਂ ਜਾਣਦੇ ਹੀ ਇਹਨੂੰ ਮੇਰਾ ਨਾਂ ਹੈਗਾ ਜੀ ਗੁਰਪ੍ਰੀਤ ਸਰਾ ਜਸਪ੍ਰੀਤ ਸਿੰਘ ਬਿੱਲਾ ਗੱਲ ਇਹ ਸੀ ਕਿ ਬਿੱਲੇ ਨੂੰ ਹੈਗਾ ਸ਼ੌਂਕ ਜਿੱਦਣ ਦਾ ਇਹਨੂੰ ਪਤਾ ਵੀ ਇਹ ਗਲਤ ਆ ਪਰ ਇਹਨੇ ਫਿਰ ਵੀ ਜਿੱਦਣਾ ਇਹਨੂੰ ਪਤਾ ਵਾ ਭਾਵੇਂ ਮੈਂ ਜਿਹੜੀ ਗੱਲ ਤੇ ਜਿੱਦ ਰਿਹਾ ਹਾਂ ਗਲਤ ਆ ਇਹਨੂੰ ਪਤਾ ਪਰ ਇਹਨੂੰ ਸ਼ੌਂਕ ਆ ਇਹਨੂੰ ਸ਼ੌਂਕ ਆ ਜਿੱਦਣ ਦਾ ਇਹਨੇ ਆਪਦੇ ਮੂੰਹੋਂ ਕਹੀ ਇਹ ਇਹਨੇ ਗੱਲ ਸੀ ਇਹ ਵੀ ਨਹੀਂ ਗੱਲ ਸੀ ਆਪ ਦਿਲ ਬਣਾ ਰਹੇ ਹਾਂ ਇਹਨੇ ਇਹ ਆਪ ਗੱਲ ਕਹੀ ਆ
ਬਸ ਹੁਣ ਤੁਸੀਂ ਸਾਰਿਆਂ ਨੇ ਕੀ ਕਰਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਤੇ ਵੀਡੀਓ ਲਾਈਕ ਕਰਨਾ ਆ।